ਦੇਖੋ ਮਹੀਂ ਦੀ ਕੀਮਤ 2 ਲੱਖ ਤੋਂ ਲੱਗ ਕੇ ਤੇ 7 ਲੱਖ ਤੱਕ ਹੈ। 10 ਇੱਕ ਰੱਖਣੀ ਹੈ, ਉਹਨੇ 2 ਮਹੀਆਂ ਜਿੰਨਾ ਕੰਮ ਕਰਨਾ ਹੈ ਜੀ, ਉਹਦੇ ਚਾਰਾ ਇੱਕ ਨੂੰ ਪਾਉਣਾ ਅਤੇ ਆਮਦਨ 2 ਮਹੀਆਂ ਜਿੰਨੀਆਂ ਨਹੀਂ। ਅੱਛਾ ਮਾਸ਼ਾਅੱਲਾ ਸਰ, ਤੁਹਾਡਾ ਜਾਨਵਰ ਵੀ ਦੇਖਣੇ ਆ, ਪਹਿਲਾਂ ਸਾਨੂੰ ਇੱਕ ਗੱਲ ਕਲੀਅਰ ਕਰ ਦਿਓ, ਅਗਰ ਅਸੀਂ ਮਾਸ਼ਾਅੱਲਾ 2.5 ਲੱਖ ਜਾਂ 2.5 ਲੱਖ ਦੇ ਇੱਕ ਮੱਝ ਲਿਆਉਂਦੇ ਹਾਂ, ਉਹ 15 ਕਿਲੋ ਦੁੱਧ ਦਿੰਦੀ ਹੈ, ਕਿੰਨੀ ਦੇਰ ਦੁੱਧ ਦੇਵੇਗੀ ਅਤੇ ਉਹਦੇ ਵਿੱਚ ਬੱਚਤ ਕਿੰਨੀ ਹੋਏਗੀ? ਜਿਹੜੀ 15 ਕਿਲੋ ਦੁੱਧ ਦਿੰਦੀ ਹੈ ਤਾਂ ਉਹ ਸਮਝੋ ਕਿ ਆਪਣਾ ਜਿਹੜਾ ਨਾ ਉਹ 1500 ਰੁਪਇਆ ਰੋਜ਼ ਕਮਾ ਰਹੀ ਹੈ ਜੀ। ਉਹਦੇ ਵਿੱਚ 500 ਰੁਪਈਆ ਮਹੀਂ 'ਤੇ ਖਰਚਾ ਆਏਗਾ, 1000 ਰੁਪਈਆ ਆਪਣਾ ਬੱਚਤ ਹੋਏਗੀ ਡੇਲੀ, 1 ਮਹੀਂ 1000 ਰੁਪਇਆ ਬੱਚਤ ਦਿੰਦੀ। 1000 ਰੁਪਇਆ ਜੀ। ਅੱਛਾ ਮਾਸ਼ਾਅੱਲਾ, ਇਸ ਟਾਈਮ ਤੁਹਾਡੇ ਕੋਲ ਕਿੰਨੇ ਜਾਨਵਰ ਦੁੱਧ ਦੇ ਰਹੇ ਜੀ? ਮੇਰੇ ਕੋਲ ਜਿਹੜੇ ਜਾਨਵਰ ਨੇ ਇਸ ਟਾਈਮ ਆਪਣਾ ਜਿਹੜਾ ਨਾ 6 ਜਾਨਵਰ ਨੇ ਜਿਹੜੇ ਦੁੱਧ ਦੇ ਰਹੇ ਨੇ। ਜਾਨਵਰ ਦੇਖਣਾ ਚਾਹੋਗੇ? ਜੀ ਜੀ ਸਰ। ਮੰਥਲੀ ਇਹਨਾਂ ਦੀ ਬੱਚਤ ਜਿਹੜੀ ਹੈ ਨਾ ਉਹ 2 ਲੱਖ ਹੈ। 2 ਲੱਖ ਨੀਲੀ ਵਿੱਚ ਵੀ 5 ਨੀਲੀਆਂ ਨੇ। ਨੀਲੀ ਆਪਣਾ ਜਿਹੜਾ ਨਾ ਇੱਕ ਗੰਜੀ ਬਾਰ ਏ, ਇੱਕ ਰਾਵੀ ਬਾਰ ਏ, ਇੱਕ ਨੀਲੀ ਬਾਰ ਏ, ਇੱਕ ਅਠਾਰ ਬਾਰ ਏ, ਇੱਕ ਕਬੂਲਾ ਜਿਹੜਾ ਦਰਿਆ ਦਾ ਇਲਾਕਾ, ਜਿਹੜਾ ਅਸਲ ਨੀਲੀ ਏ ਉਹ ਆਪਣਾ ਕਬੂਲੇ ਦੀ ਮਹੀਂ, ਉੱਥੋਂ ਦੀ ਮਹੀਂ ਜਿਹੜੀ ਹੈ ਨਾ ਉਹ ਜ਼ਿਆਦਾ ਦੁੱਧ ਦਿੰਦੀ ਹੈ, ਜ਼ਿਆਦਾ ਖੂਬਸੂਰਤ ਹੁੰਦੀ। ਅਤੇ ਆਮ ਮਹੀਆਂ ਸਮਝੋ ਤੁਸੀਂ ਆਪਣਾ 2 ਸਾਂਭਰੀਆਂ ਨੇ, ਤਾਂ ਜਿਹੜੀ ਅੱਛੀ ਮਹੀਂ ਹੈ ਆਪਣਾ ਜਿਹੜਾ ਨਾ ਜਾਂ ਜਿਹੜੀ ਪਿਓਰ ਆਪਣਾ ਜਿਹੜਾ ਨਾ ਨੀਲੀ ਦੀ ਹੈ, ਕਬੂਲੇ ਦੀ, ਉਹ ਤੁਸੀਂ 1 ਰੱਖਣੀ ਹੈ, ਉਹਨੇ 2 ਮਹੀਆਂ ਜਿੰਨਾ ਕੰਮ ਕਰਨਾ ਜੀ। ਲੇਕਿਨ ਜਿਹੜੀ ਸਭ ਨਾਲ ਜ਼ਿਆਦਾ ਮੇਰੇ ਆਪਣਾ ਫਾਰਮ 'ਤੇ ਦੁੱਧ ਦੇ ਰਹੀ ਹੈ ਉਹ ਹੈ ਬੋਰੀ ਮਹੀਂ ਹੈ, ਜਿਹਦੀ ਐਵਰੇਜ ਆਪਣਾ ਜਿਹੜਾ ਨਾ ਡੇਲੀ ਦੀ 24 ਤੋਂ 25 ਕਿਲੋ ਹੈ। ਅਸਲਾਮ ਅਲੈਕੁਮ। ਵਾਲੇਕੁਮ ਸਲਾਮ ਸਰ, ਕੀ ਹਾਲ ਹੈ? ਅੱਲਾ ਦਾ ਸ਼ੁਕਰ ਹੈ ਜੀ, ਅੱਲਾ ਦੀ ਬੜੀ ਮਿਹਰਬਾਨੀ। ਆਪ ਦਾ ਕੀ ਨਾਂ ਹੈ? ਮੇਰਾ ਨਾਂ ਚੌਧਰੀ ਮੁਹੰਮਦ ਇਲਿਆਸ। ਇਲਿਆਸ ਸਾਹਿਬ, ਇਹ ਕਿਹੜਾ ਇਲਾਕਾ ਹੈ? ਇਹ ਸਿਆਲਕੋਟ ਦਾ ਇਲਾਕਾ ਹੈ, ਜ਼ਿਲ੍ਹਾ ਸਿਆਲਕੋਟ ਹੈ, ਤਹਿਸੀਲ ਦਸਕਾਰ ਨੂੰ ਲੱਗਦੀ ਹੈ, ਗਾਓਂ ਛਬੀਲਪੁਰ ਹੈ। ਸਰ, ਤੁਸੀਂ ਕਿੰਨੇ ਅਰਸੇ ਤੋਂ ਜਾਨਵਰਾਂ ਦਾ ਕਾਰੋਬਾਰ ਕਰਦੇ ਹੋ ਪਏ? ਇਹ ਜਾਨਵਰਾਂ ਦਾ ਕਾਰੋਬਾਰ ਤਾਂ ਮੇਰੇ ਵਾਲਦ ਸਾਹਿਬ ਕਰਦੇ ਸਨ, ਮੇਰੇ ਦਾਦਾ ਜੀ ਕਰਦੇ ਸਨ, ਅਤੇ ਅਸੀਂ ਤੁਹਾਨੂੰ ਤਾਂ ਵਿਰਸੇ 'ਚ ਮਿਲਿਆ ਹੈ। ਜੋ ਹੀ ਅਸੀਂ ਉਸ਼ਾ ਵੀ ਹੈ ਤਾਂ ਆਪਣੇ ਡੈਡੀ ਨੂੰ ਅਸਾਂ ਇਹ ਕਾਰੋਬਾਰ ਕਰਦਾ ਦੇਖਿਆ। ਐਕਚੁਲੀ ਸਾਡੇ ਡੈਡੀ ਜ਼ਿਮੀਂਦਾਰ ਨੇ, ਇਹ ਚੀਜ਼ ਵਿਰਸੇ 'ਚ ਸਾਨੂੰ ਮਿਲੀ ਹੈ ਔਰ ਅਸੀਂ ਵੀ ਆਪਣਾ ਜਿਹੜਾ ਇਹਨੂੰ ਆਪਣਾ ਜਾਰੀ ਰੱਖਿਆ। ਮਾਸ਼ਾਅੱਲਾ, ਯਾਨੀ ਕਿ ਤੁਹਾਡਾ ਵੀ ਜਾਨਵਰਾਂ ਦੇ ਮੁਤਲਕ ਕਾਫੀ ਜ਼ਿਆਦਾ ਤਜਰਬਾ ਹੈ, ਤੁਸੀਂ ਆਪਣੇ ਤਜਰਬੇ ਦੇ ਮੁਤਲਕ ਸਰ ਦੱਸੋ, ਤੁਸੀਂ ਇਹ ਕੰਮ ਤੋਂ ਕੀ ਸਿੱਖਿਆ ਜਾਂ ਕੀ ਇਹਦੇ ਤੋਂ ਹਾਸਲ ਕੀਤਾ? ਅਸੀਂ ਇਹ ਦੇਖਿਆ ਕਿ ਜ਼ਿਮੀਂਦਾਰਾ ਜਿਹੜਾ ਕੰਮ ਹੈ ਆਪਣਾ ਜਿਹੜਾ ਨਾ ਇਹਦੇ ਨਾਲ ਮਵੇਸ਼ੀਆਂ ਦਾ ਆਪਣਾ ਆਉਣਾ ਜ਼ਰੂਰੀ ਹੈ, ਇਹਦੇ ਨਾਲ ਆਪਣਾ ਮਾਲ ਮਵੇਸ਼ੀ ਦਾ ਆਪਣਾ ਜਿਹੜਾ ਨਾ ਰੱਖਣਾ ਜ਼ਰੂਰੀ ਹੈ। ਅਤੇ ਸਾਡੇ ਜਿਹੜੇ ਡੈਡੀ ਨੇ ਉਹਨਾਂ ਆਪਣਾ ਜਿਹੜਾ ਨਾ ਸ਼ੁਰੂ ਤੋਂ ਮਾਲ ਮਵੇਸ਼ੀ ਰੱਖਿਆ ਸੀ, ਅਤੇ ਅਸਾਂ ਜ਼ਰਾ ਆਪਣਾ ਜਿਹੜਾ ਨਾ ਇਹਨੂੰ ਇੱਕ ਅੱਛੇ ਤਰੀਕੇ ਨਾਲ, ਨਵੇਂ ਤਰੀਕੇ ਨਾਲ ਆਪਣਾ ਜਿਹੜਾ ਨਾ ਇਹਨੂੰ ਰੱਖਿਆ, ਇੱਕ ਡੇਅਰੀ ਫਾਰਮ ਬਣਾਇਆ ਖੂਬਸੂਰਤ। ਪਹਿਲੇ ਵਕਤਾਂ ਵਿੱਚ ਤਾਂ ਲੋਕ ਕੂੜਾਂ ਬਣਾਉਂਦੇ ਸਨ ਅਤੇ ਕੂੜਾਂ ਦੇ ਸਾਹਮਣੇ ਖੁਰਲੀਆਂ ਰੱਖੀਆਂ ਨੇ, ਲੱਕੜ ਦੀਆਂ ਖੁਰਲੀਆਂ ਆਪਣਾ ਬਣਾ ਕੇ ਰੱਖੀਆਂ ਨੇ, ਅਤੇ ਉੱਥੇ ਡੰਗਰ ਬੰਨੇ ਨੇ, ਡੰਗਰ ਨੂੰ ਖੋਲ੍ਹਣਾ ਬੰਨਣਾ ਆਪਣਾ ਖੋਬੇ ਦੇ ਵਿੱਚ ਮਸਰੂਫ ਰਹਿਣਾ, ਜ਼ਿਆਦਾ ਬੰਦੇ ਮਤਲਬ ਕੰਮ 'ਚ ਲੱਗੇ ਰਹਿਣਾ ਹੈ। ਲੇਕਿਨ ਹਾਂ, ਉਹਨੂੰ ਖੂਬਸੂਰਤ ਤਰੀਕੇ ਨਾਲ ਆਪਣਾ ਜਿਹੜਾ ਨਾ ਕਰ ਦਿੱਤਾ ਡੇਅਰੀ ਫਾਰਮ ਬਣਾ ਕੇ, ਔਰ ਉਹਦੇ ਵਿੱਚ ਆਪਣਾ ਜਿਹੜਾ ਨਾ ਨੂੰ ਇਹਦੀ ਦੁੱਧ ਦੀ ਵੀ ਪੈਦਾਵਾਰ ਜ਼ਿਆਦਾ ਔਰ ਡੰਗਰ ਦੀ ਆਪਣਾ ਜਿਹੜਾ ਨਾ ਖੁਸ਼ਹਾਲੀ ਵੀ ਡੰਗਰ ਨੂੰ ਜ਼ਿਆਦਾ। ਜੀ ਜੀ ਮਾਸ਼ਾਅੱਲਾ, ਤੁਹਾਡਾ ਸਰ ਤੁਸੀਂ ਬੜਾ ਅੱਛੇ ਤਰੀਕੇ ਨਾਲ ਕੰਮ ਨੂੰ ਕਰ ਰਹੇ ਹੋ, ਤੁਸੀਂ ਕੀ ਸਮਝਦੇ ਹੋ ਕਿ ਕਿਹੜੀਆਂ ਕਿਹੜੀਆਂ ਚੀਜ਼ਾਂ ਦਾ ਖਿਆਲ ਰੱਖਿਆ ਜਾਏ ਅਤੇ ਇਹ ਕੰਮ ਨੂੰ ਅੱਛੇ ਤਰੀਕੇ ਨਾਲ ਕੀਤਾ ਜਾ ਸਕਦਾ? ਡੰਗਰਾਂ ਦੀ ਸਫਾਈ ਦਾ ਖਿਆਲ ਰੱਖਿਆ ਜਾਏ, ਡੰਗਰਾਂ ਨੂੰ ਆਪਣਾ ਜਿਹੜਾ ਨਾ ਡਵਰਮਿੰਗ ਕੀਤੀ ਜਾਏ, ਮਵੇਸ਼ੀਆਂ ਦੀ ਆਪਣਾ ਜਿਹੜਾ ਨਾ ਇਹਨਾਂ ਨੂੰ 3 ਮਹੀਨੇ ਬਾਅਦ, 2.5 ਤੋਂ 3 ਮਹੀਨੇ ਬਾਅਦ ਡਵਰਮਿੰਗ, ਡਵਰਮਿੰਗ ਦਾ ਮੈਂ ਕਿ ਇਹਨਾਂ ਦੇ ਪੇਟ 'ਚ ਕੀੜੇ ਹੋ ਜਾਂਦੇ ਨੇ, ਇਹਨਾਂ ਦੇ ਆਪਣਾ ਜਿਹੜਾ ਨਾ ਮੇਦੇ ਵਿੱਚ ਆਪਣਾ ਐਂਟੀਆਂ 'ਚ ਕੀੜੇ ਹੋ ਜਾਂਦੇ ਨੇ, ਕੀੜਿਆਂ ਵਾਸਤੇ ਇਹਨਾਂ ਨੂੰ ਦਵਾਈ ਦਿੱਤੀ ਜਾਏ, 2.5 ਤੋਂ 3 ਮਹੀਨੇ ਨੂੰ ਇਹਨਾਂ ਨੂੰ ਡਵਰਮਿੰਗ ਕਰਾਈ ਜਾਏ ਲਾਜ਼ਮੀ। ਅਤੇ ਉਸ ਤੋਂ ਹਟ ਕੇ ਆਪਣਾ ਜਿਹੜਾ ਨਾ ਇਹਨਾਂ ਨੂੰ ਚਾਰਾ ਆਪਣਾ ਜਿਹੜਾ ਨਾ ਆਪਣਾ ਜਿਹੜਾ ਨਾ ਪਾਇਆ ਜਾਏ, ਜ਼ਿਆਦਾਤਰ ਗ੍ਰੀਨ ਚਾਰਾ, ਜਿਹੜਾ ਹਰਾ ਚਾਰਾ ਉਹ ਪਾਇਆ ਜਾਏ ਤੂੜੀ ਦੇ ਵਿੱਚ ਆਪਣਾ ਜਿਹੜਾ ਨਾ ਮਿਲਾ ਕੇ, ਅਤੇ ਡੰਗਰ ਆਪਣਾ ਜਿਹੜਾ ਨਾ ਸਿਹਤਮੰਦ ਰਹਿੰਦਾ। ਜੀ ਜੀ ਇਸ ਤੋਂ ਹਟ ਕੇ ਮੈਂ ਅਕਸਰ ਮੈਂ ਆਪਣਾ ਜਿਹੜਾ ਨਾ ਜਿਹੜਾ ਇਹ ਬਣਾਇਆ ਫਾਰਮ ਬਣਾਇਆ, ਇਹਦੇ ਵਿੱਚ ਅਸਾਂ ਆਪਣਾ ਜਿਹੜਾ ਨਾ ਇਹ ਪਹਿਲੇ ਤਾਂ ਜਗ੍ਹਾ ਜਿਹੜਾ ਨਾ ਉਹਦੀ ਉੱਤੇ ਆਪਣਾ ਜਿਹੜਾ ਨਾ ਮਿੱਟੀ ਪਵਾ ਕੇ ਫਿਰ ਆਪਣਾ ਉਹਦੀ ਚਾਰ ਚੁਫੇਰੇ ਪਾਈਪਿੰਗ ਕੀਤੀ ਹੈ, ਫਿਰ ਉਹਦੇ ਥੱਲੇ ਆਪਣਾ ਸੋਲਿੰਗ ਲਵਾਈ ਹੈ, ਕਿਉਂਕਿ ਇਹਨਾਂ ਵਾਸਤੇ ਜਗ੍ਹਾ ਪੱਕੀ ਹੋਣੀ ਚਾਹੀਦੀ ਹੈ, ਕੱਚੀ ਜਗ੍ਹਾ ਦੇ ਵਿੱਚ ਇਹ ਆਪਣਾ ਖੋਬਾ ਕਰ ਦਿੰਦੀਆਂ ਨੇ, ਜਿਹੜਾ ਫਿਰ ਉਹ ਭਰ ਜਾਂਦੀਆਂ ਨੇ, ਡੰਗਰ ਜਿਹੜਾ ਨਾ ਗੰਦੇ ਹੋ ਜਾਂਦੇ ਨੇ। ਅਤੇ ਸਫਾਈ ਦਾ ਆਪਣਾ ਇਹ ਖਾਸ ਖਿਆਲ ਰੱਖਣਾ ਚਾਹੀਦਾ ਤਾਂ ਕਿ ਡੰਗਰ ਸਾਫ਼ ਸੁਥਰਾ ਰਹੇ ਔਰ ਆਪਣਾ ਜਿਹੜਾ ਨਾ ਡੰਗਰ ਨੂੰ। ਫਿਰ ਇੱਕ ਹੋਰ ਚੀਜ਼ ਹੈ ਜਿਹੜੀ ਜ਼ਿਆਦਾਤਰ ਅਸੀਂ ਆਪਣਾ ਜਿਹੜਾ ਇਹਦਾ ਖਿਆਲ ਨਹੀਂ ਕਰਦੇ, ਕਿ ਜਦੋਂ ਇਹ ਅਸੀਂ ਆਪਣਾ ਇਹਦੀ ਕਰਦੇ ਹਾਂ ਡੇਅਰੀ ਫਾਰਮ ਬਣਾਉਂਦੇ ਹਾਂ, ਉਹਦੇ ਵਿੱਚ ਪੈਸਾ ਕੁਝ ਜ਼ਿਆਦਾ ਨਹੀਂ ਲੱਗਦਾ, ਪੈਸਾ ਮੁਨਾਸਬ ਪੈਸਾ ਹੀ ਲੱਗਦਾ। ਜਦੋਂ ਪਾਈਪ ਜਿਹੜਾ ਇਹਦੀ ਚਾਰ ਦੁਆਰੀ ਕਰਦੇ ਹਾਂ ਅਤੇ ਮੁਨਾਸਬ ਆਪਣਾ ਜਿਹੜਾ ਨਾ ਪੈਸੇ ਲੱਗਦੇ ਨੇ, ਚਰਾਈ ਬਣਾ ਦਿੰਦੇ ਹਾਂ ਔਰ ਡੰਗਰ ਉਹਦੇ 'ਚ ਖੁੱਲ੍ਹੇ ਰਹਿੰਦੇ ਨੇ, ਖੁੱਲ੍ਹਾ ਡੰਗਰ ਜ਼ਿਆਦਾ ਗਰੋਥ ਕਰਦਾ, ਜ਼ਿਆਦਾ ਆਪਣਾ ਜਿਹੜਾ ਨਾ ਪਾਣੀ ਇੱਕ ਦਿਨ ਦੇ ਵਿੱਚ ਉਹ ਤਕਰੀਬਨ ਆਪਣਾ ਜਿਹੜਾ ਨਾ
25 ਤੋਂ 30 ਦਫਾ ਪਾਣੀ ਆਪਣਾ ਗਰਮੀ ਦੇ ਵਿੱਚ ਡੰਗਰ ਪਾਣੀ ਪੀਂਦਾ ਹੈ। ਸਿਆਲ ਦੇ ਵਿੱਚ ਆਪਣਾ ਜਿਹੜਾ ਨਾ ਉਹ 15 ਤੋਂ 18 ਦਫਾ ਪਾਣੀ ਪੀਂਦਾ ਹੈ। ਅਤੇ ਅਕਸਰ ਅਸੀਂ ਜਿਹੜੇ ਜ਼ਿਮੀਂਦਾਰ ਹਾਂ ਪਾਣੀ ਸੁਬਹਾ ਅਤੇ ਸ਼ਾਮ ਦੋ ਟਾਈਮ ਪਾਣੀ ਡਾਉਂਦੇ ਹਾਂ। ਇਹਦਾ ਮਤਲਬ ਦੋ ਟਾਈਮ ਪਾਣੀ ਜਾਨਵਰ ਪੀ ਕੇ ਜਾਨਵਰ ਆਪਣਾ ਜਿਹੜਾ ਖੁਸ਼ ਨਹੀਂ ਰਹਿੰਦਾ, ਜਾਨਵਰ ਦੀ ਸਿਹਤ ਠੀਕ ਨਹੀਂ ਰਹਿੰਦੀ, ਜਾਨਵਰ ਜ਼ਿਆਦਾ ਗਰੋਥ ਨਹੀਂ ਕਰਦਾ, ਦੁੱਧ ਦੀ ਪੈਦਾਵਾਰ ਨਹੀਂ ਬਣਾਉਂਦਾ। ਦੁੱਧ ਦੀ ਪੈਦਾਵਾਰ ਅੱਛੀ ਆਪਣਾ ਜਿਹੜਾ ਨਾ ਰੱਖਣ ਵਾਸਤੇ ਸਾਨੂੰ ਇਹਨੂੰ ਆਜ਼ਾਦ ਰੱਖਣਾ ਚਾਹੀਦਾ। ਜਿਹੜੀ ਆਜ਼ਾਦੀ ਹੈ ਇਹ ਤਾਂ ਇਨਸਾਨਾਂ ਵਾਸਤੇ ਵੀ ਬੈਸਟ ਹੈ ਔਰ ਆਜ਼ਾਦੀ ਜਾਨਵਰਾਂ ਵਾਸਤੇ ਵੀ ਆਜ਼ਾਦੀ ਬਹੁਤ ਅੱਛੀ ਹੈ। ਜਿਹੜਾ ਜਾਨਵਰ ਆਜ਼ਾਦ ਰਹਿੰਦਾ ਉਹ ਜ਼ਿਆਦਾ ਸਿਹਤਮੰਦ ਰਹਿੰਦਾ, ਉਹ ਜ਼ਿਆਦਾ ਆਪਣਾ ਦੁੱਧ ਦਿੰਦਾ ਔਰ ਜ਼ਿਆਦਾ ਆਪਣੇ ਜਿਸਮ ਦੀ ਜ਼ਿਆਦਾ ਗਰੋਥ ਕਰਦਾ, ਉਹ ਜ਼ਿਆਦਾ ਆਪਣਾ ਜਿਹੜਾ ਨਾ ਮਾਸ਼ਾਅੱਲਾ ਜਿਸਮ ਉਹਦਾ ਬਣਦਾ। ਅੱਛਾ ਸਰ, ਮਾਸ਼ਾਅੱਲਾ ਇਸ ਟਾਈਮ ਕਿਹੜੀ ਕਿਹੜੀ ਨਸਲ ਦੇ ਤੁਹਾਡੇ ਕੋਲ ਜਾਨਵਰ ਮੌਜੂਦ ਨੇ? ਮੇਰੇ ਕੋਲੋਂ ਇਸ ਟਾਈਮ ਜਿਹੜੇ ਜਾਨਵਰ ਨੇ ਸਾਰੇ ਆਪਣਾ ਜਿਹੜੇ ਅਕਸਰ ਦੇਖਿਆ ਤੁਸਾਂ ਇੰਟਰਵਿਊ ਮੈਂ ਨੈੱਟ ਤੋਂ ਵੀ ਆਪਣਾ ਜਿਹੜਾ ਨਾ ਦੇਖਿਆ ਹੋਵੇ, ਮੈਂ ਨੈੱਟ ਖੋਲ੍ਹ ਕੇ ਵੀ ਅਕਸਰ ਮੇਰੇ ਜ਼ਿਮੀਂਦਾਰ ਬਾਈ ਉਹ ਸਾਰੇ ਨੀਲੀ ਦਾ ਆਪਣਾ ਜ਼ਿਕਰ ਕਰਦੇ ਨੇ ਕਿ ਸਾਡੇ ਕੋਲ ਉਹ ਨੀਲੀ ਦੀਆਂ ਮਹੀਆਂ ਨੇ। ਚਲੋ ਸਾਰਿਆਂ ਕੋਲੋਂ ਹੀ ਅੱਛੀਆਂ ਹੋਣਗੀਆਂ ਸਾਰੇ ਮੇਰੇ ਬਾਈ ਨੇ, ਲੇਕਿਨ ਨੀਲੀ ਵਿੱਚ ਵੀ 5 ਨੀਲੀਆਂ ਨੇ। ਨੀਲੀ ਆਪਣਾ ਜਿਹੜਾ ਨਾ ਇੱਕ ਗੰਜੀ ਬਾਰ ਏ, ਇੱਕ ਰਾਵੀ ਬਾਰ ਏ, ਇੱਕ ਨੀਲੀ ਬਾਰ ਏ, ਇੱਕ ਅਠਾਰ ਬਾਰ ਏ, ਇੱਕ ਕਬੂਲਾ ਜਿਹੜਾ ਦਰਿਆ ਦਾ ਇਲਾਕਾ ਹੈ। ਜਿਹੜਾ ਅਸਲ ਨੀਲੀ ਏ ਉਹ ਵੇ ਆਪਣਾ ਕਬੂਲੇ ਦੀ ਮਹੀਂ ਜਿਹੜੀ ਆਪਣਾ ਦਰਿਆ ਦੇ ਉੱਤੋਂ ਆਪਣਾ ਲਈ ਜਾਏ, ਉਹ ਦਰਿਆ ਦਾ ਇਲਾਕਾ ਜਿਹੜਾ ਨਾ ਉਹ ਆਉਂਦਾ ਪਿਓਰ ਨੀਲੀ ਦਾ। ਉੱਥੋਂ ਦੀ ਮਹੀਂ ਜਿਹੜੀ ਹੈ ਨਾ ਉਹ ਜ਼ਿਆਦਾ ਦੁੱਧ ਦਿੰਦੀ ਹੈ, ਜ਼ਿਆਦਾ ਖੂਬਸੂਰਤ ਹੁੰਦੀ ਹੈ ਔਰ ਜ਼ਿਆਦਾ ਕੀਮਤੀ ਹੁੰਦੀ ਹੈ। ਅੱਛਾ ਸਰ, ਜਿਹੜੀ ਅਸਲ ਨੀਲੀ ਹੈ ਪਿਓਰ ਨੀਲੀ ਮੈਮ ਏ, ਉਹਦੀ ਕੋਈ ਖੂਬੀ, ਉਹਦੀ ਕੋਈ ਪਹਿਚਾਣ? ਉਹਦੀ ਪਹਿਚਾਣ ਇਹ ਵੇ ਕਿ ਉਹ ਜ਼ਿਆਦਾ ਆਪਣਾ ਜਿਹੜਾ ਨਾ ਲੰਬੀ ਹੋਏਗੀ, ਉਹਦਾ ਜਿਹੜਾ ਜਿਸਮ ਏ ਉਹਦੀ ਆਪਣਾ ਚਮੜੀ ਬਰੀਕ ਹੋਏਗੀ ਔਰ ਉਹਦੀ ਸਾਹਮਣੇ ਜਿਹੜੀ ਕੋਹਲੀ ਹੁੰਦੀ ਉਹ ਵੀ ਛੋਟੀ ਹੋਏਗੀ, ਚਗਾਠਾ ਚੌੜਾ ਹੋਏਗਾ, ਪੁਸ਼ਲ ਉਹਦੀ ਆਪਣਾ ਜਿਹੜਾ ਨਾ ਬਰੀਕ ਹੋਏਗੀ, ਧੁੰਨੀ ਆਪਣਾ ਜਿਹੜਾ ਨਾ ਛੋਟੀ ਹੋਏਗੀ ਉਹਦੀ, ਉਹਦੇ ਥਨ ਖੂਬਸੂਰਤ ਔਰ ਆਪਣਾ ਜਿਹੜਾ ਨਾ ਤਕਰੀਬਨ ਆਪਣਾ ਵਿੱਥ 'ਤੇ ਹੋਣਗੇ, ਆਪਣਾ ਜਿਹੜਾ ਨਾ ਗਿੱਠ ਦੀ ਵਿੱਥ ਜਾਂ ਇਸ ਤੋਂ ਵੀ ਜ਼ਿਆਦਾ ਵਿੱਥ 'ਤੇ ਹੋਣਗੇ ਔਰ ਉਹ ਜ਼ਿਆਦਾ ਦੁੱਧ ਦੇਗੀ। ਜ਼ਿਆਦਾ ਤੋਂ ਜ਼ਿਆਦਾ ਕਿੰਨਾ ਦੁੱਧ ਦੇਦੀ? ਮੇਰੇ ਕੋਲ ਮਹੀਂ ਹੈ ਮਾਸ਼ਾਅੱਲਾ, ਮੈਂ ਸਾਰੇ ਚੈਨਲ ਜਾਨਵਰ ਦਿਖਾਉਣਾ। ਜੀ ਸਰ, ਉਹ ਜਿਹੜੀ ਅੱਛੀ ਮੈਂ ਵੀ ਉਹ ਤੁਹਾਡੇ ਨਾਜ਼ਰੀਨ ਨੂੰ ਤੁਸੀਂ ਦਿਖਾ ਦਿਓ। ਜੀ ਮੈਂ ਦਿਖਾਉਣਾ ਆਪਣਾ ਜਿਹੜਾ ਨਾ ਤੁਹਾਨੂੰ ਜਿਹੜੀ ਅੱਛੀ ਮਹੀਂ ਹੈ। ਦੇਖੋ ਮਹੀਂ ਦੀ ਕੀਮਤ 2 ਲੱਖ ਤੋਂ ਲੱਗ ਕੇ ਅਤੇ 7 ਲੱਖ ਤੱਕ ਹੈ, 10 ਲੱਖ ਤੱਕ ਹੈ। ਜਿਹੜੀਆਂ ਅੱਛੀਆਂ ਮਵੇਸ਼ੀ ਨੇ ਉਹ 5 ਲੱਖ 4-5 ਲੱਖ ਦੇ ਆਉਂਦੇ ਨੇ, ਉਹ ਤਕਰੀਬਨ ਆਪਣਾ 24-25 ਕਿਲੋ ਦੁੱਧ ਦਿੰਦੀਆਂ ਨੇ ਅਤੇ ਜਿਹੜੀ ਆਮ ਆਪਣਾ ਜਿਹੜਾ ਨਾ ਮਹੀਂ ਹੈ ਉਹ 10 ਕਿਲੋ ਦੁੱਧ ਦਿੰਦੀ ਹੈ। ਅਤੇ ਆਮ ਮਹੀਆਂ ਸਮਝੋ ਤੁਸੀਂ ਆਪਣਾ 2 ਸਾਂਭਰੀਆਂ ਨੇ, ਤਾਂ ਜਿਹੜੀ ਅੱਛੀ ਮਹੀਂ ਹੈ ਆਪਣਾ ਜਿਹੜਾ ਨਾ ਜਾਂ ਜਿਹੜੀ ਪਿਓਰ ਆਪਣਾ ਜਿਹੜਾ ਨਾ ਨੀਲੀ ਦੀ ਇੱਕ ਬੂਲੇ ਦੀ, ਉਹ ਤੁਸੀਂ 1 ਰੱਖਣੀ ਹੈ, ਉਹਨੇ 2 ਮਹੀਆਂ ਜਿੰਨਾ ਕੰਮ ਕਰਨਾ ਹੈ ਜੀ। ਉਹਦੇ ਚਾਰਾ 1 ਨੂੰ ਪਾਉਣਾ ਅਤੇ ਆਮਦਨ 2 ਮਹੀਆਂ ਜਿੰਨੀਆਂ ਨਹੀਂ। ਅੱਛਾ ਮਾਸ਼ਾਅੱਲਾ ਸਰ, ਤੁਹਾਡੇ ਜਾਨਵਰ ਵੀ ਦੇਖਣੇ ਆ, ਪਹਿਲਾਂ ਸਾਨੂੰ ਇੱਕ ਗੱਲ ਕਲੀਅਰ ਕਰ ਦਿਓ, ਅਗਰ ਅਸੀਂ ਮਾਸ਼ਾਅੱਲਾ 2.5 ਲੱਖ ਜਾਂ 2.5 ਲੱਖ ਦੇ ਇੱਕ ਮੱਝ ਲਿਆਉਂਦੇ ਹਾਂ, ਉਹ 15 ਕਿਲੋ ਦੁੱਧ ਦਿੰਦੀ ਹੈ, ਕਿੰਨੀ ਦੇਰ ਦੁੱਧ ਦੇਵੇਗੀ ਅਤੇ ਉਹਦੇ ਵਿੱਚ ਬਚਤ ਕਿੰਨੀ ਹੋਏਗੀ? ਜਿਹੜੀ 15 ਕਿਲੋ ਦੁੱਧ ਦਿੰਦੀ ਹੈ ਅਤੇ ਉਹ ਸਮਝੋ ਕਿ ਆਪਣਾ ਜਿਹੜਾ ਨਾ ਉਹ 1500 ਰੁਪਇਆ ਰੋਜ਼ ਕਮਾ ਰਹੀ ਹੈ ਜੀ। ਉਹਦੇ ਵਿੱਚ 500 ਰੁਪਇਆ ਮਹੀਂ 'ਤੇ ਖਰਚਾ ਆਏਗਾ, 1000 ਰੁਪਇਆ ਆਪਣਾ ਬਚਤ ਹੋਏਗੀ ਡੇਲੀ, 1 ਮਹੀਂ 1000 ਰੁਪਇਆ ਬਚਤ ਦਿੰਦੀ। 1000 ਰੁਪਇਆ ਜੀ। ਅੱਛਾ ਮਾਸ਼ਾਅੱਲਾ, ਇਸ ਟਾਈਮ ਤੁਹਾਡੇ ਕੋਲ ਕਿੰਨੇ ਜਾਨਵਰ ਦੁੱਧ ਦੇ ਰਹੇ ਜੀ? ਮੇਰੇ ਕੋਲ ਜਿਹੜੇ ਜਾਨਵਰ ਨੇ ਇਸ ਟਾਈਮ ਆਪਣਾ ਜਿਹੜਾ ਨਾ 6 ਜਾਨਵਰ ਨੇ ਜਿਹੜੇ ਦੁੱਧ ਦੇ ਰਹੇ ਨੇ। ਜਾਨਵਰ ਦੇਖਣਾ ਚਾਹੋਗੇ? ਜੀ ਜੀ ਸਰ। ਜਿਹੜੀ ਸਾਹਮਣੇ ਨਜ਼ਰ ਆ ਰਹੀ ਹੈ ਇਲੀ ਹੈ। ਹਾਂਜੀ, ਸਾਡੇ ਫਾਰਮ 'ਤੇ ਆਪਣਾ ਜਿਹੜੀ ਸਭ ਨਾਲ ਜ਼ਿਆਦਾ ਸਾਨੂੰ ਤਾਂ ਸਾਰੀਆਂ ਅੱਛੀਆਂ ਲੱਗਦੀਆਂ ਨੇ, ਸਾਰੀਆਂ ਪਿਆਰੀਆਂ ਲੱਗਦੀਆਂ ਨੇ, ਲੇਕਿਨ ਜਿਹੜੀ ਸਭ ਨਾਲ ਜ਼ਿਆਦਾ ਮੇਰੇ ਆਪਣਾ ਫਾਰਮ 'ਤੇ ਦੁੱਧ ਦੇ ਰਹੀ ਹੈ ਉਹ ਹੈ ਬੋਰੀ ਮਹੀਂ ਹੈ, ਜਿਹਦੀ ਐਵਰੇਜ ਆਪਣਾ ਜਿਹੜਾ ਨਾ ਡੇਲੀ ਦੀ 24-25 ਕਿਲੋ ਹੈ। ਮਾਸ਼ਾਅੱਲਾ, ਰੋਜ਼ਾਨਾ ਦੀ? ਰੋਜ਼ਾਨਾ ਦੀ ਹਾਂਜੀ। ਇਹਦੀ 5 ਲੱਖ ਕੀਮਤ ਹੈ ਅਤੇ ਮਾਸ਼ਾਅੱਲਾ ਇਹਦਾ ਕੱਦ, ਇਹਦੀ ਆਪਣਾ ਜਿਸਾਮਤ ਵੇਖੋ ਨਾ, ਅਤੇ ਇਹਨੂੰ ਤੁਸੀਂ ਦੇਖ ਕੇ ਆਪਣਾ ਜਿਹੜਾ ਨਾ ਆਖੋਗੇ ਕਿ ਪਿਓਰ ਨੀਲੀ। ਇਹਦੇ ਬਹਾਨੇ ਬਸ ਸਾਨੂੰ ਥੋੜ੍ਹਾ ਦਿਖਾ ਦਿਓ ਜੀ। ਬਹਾਨਾ, ਹਾਲਾਂਕਿ ਇਹਨੂੰ ਚੋ ਕੇ ਥੋੜ੍ਹੀ ਦੇਰ ਹੋ ਚੁੱਕੀ ਹੈ, ਲੇਕਿਨ ਇਸ ਤੋਂ ਬਾਅਦ ਬਾਵਜੂਦ ਵੀ ਤੁਸੀਂ ਦੇਖੋ ਇਹਨੂੰ ਪਿੱਛੇ ਆਪਣਾ ਜਿਹੜਾ ਨਾ ਮਾਸ਼ਾਅੱਲਾ ਜਿਸਮ ਅੱਛਾ ਆਪਣਾ ਜਿਹੜਾ ਨਾ। ਇਹ ਸਰ ਕਿੰਨੇ ਸੂਏ ਵੇ ਹੈ? ਇਹ ਦੂਸਰੇ ਸੂਏ। ਇਹ ਤੁਸੀਂ ਆ ਕਿਹੜੇ ਉਧਰ ਨੀਲੀ ਦੇ ਇਲਾਕੇ ਚੋਂ ਲੈ ਕੇ ਆਏ ਹੋ? ਜੀ, ਇਹ ਅਸੀਂ ਲੈ ਕੇ ਆਏ ਹਾਂ ਕਬੂਲਿਓ। ਅੱਛਾ, ਕਬੂਲਾ? ਹਾਂਜੀ ਹਾਂਜੀ, ਯਾਨੀ ਕਿ ਜਿਹਨੂੰ ਤੁਸੀਂ ਨੰਬਰ 1 ਕਹਿੰਦੇ ਹੋ ਨੀਲੀ, ਦਰਿਆ ਦਾ ਇਲਾਕਾ? ਠੀਕ ਹੈ। ਅੱਛਾ ਸਰ, ਜਿਹੜੀਆਂ ਤੁਸੀਂ ਅੱਗੇ ਅਲਾਮਤ ਦੱਸੀਆਂ ਨੇ ਉਹ ਜ਼ਰਾ ਸਾਡੇ ਨਾਜ਼ਰੀਨ ਨੂੰ ਸ਼ੋਅ ਕਰ ਦਿਓ। ਦੂਸਰੀ ਜਿਹੜੀ ਆਪਣਾ ਦੂਸਰੀ ਮਹੀਂ ਹੈ, ਦੂਸਰੇ ਨੰਬਰ 'ਤੇ ਹੈ ਵੇ। ਅੱਛਾ, ਇਹ ਵੇ, ਇਹ ਵੀ ਦੂਸਰੇ ਸੂਏ ਸੂਈ ਹੈ, ਇਹਦੇ ਥੱਲੇ ਤਕਰੀਬਨ 20 ਕਿਲੋ ਦੁੱਧ। ਮਾਸ਼ਾਅੱਲਾ, ਇਸ ਤੋਂ ਹਟ ਕੇ ਦੂਸਰੀਆਂ ਨੇ ਉੱਪਰ ਆਪਣਾ ਜਿਹੜਾ ਨਾ ਝੂਟੀਆਂ ਨੇ 2। ਸਰ, ਤੁਹਾਡੇ ਕੋਲ ਜ਼ਿਆਦਾ ਬੂਰੀਆਂ ਮੱਝਾਂ ਦੀ ਕੀ ਖਾਸ ਵਜ੍ਹਾ ਹੈ? ਬੂਰੀ ਮਹੀਂ ਜਿਹੜੀ ਹੈ ਇਹ ਇੱਕ ਤਾਂ ਸੀਲ ਜ਼ਿਆਦਾ ਹੈ, ਇਹ ਆਪਣਾ ਜਿਹੜਾ ਨਾ ਫਿਰ ਦੁੱਧ ਜ਼ਿਆਦਾ ਦਿੰਦੀ ਹੈ। ਬੂਰੀ ਮਹੀਂ ਜਿਹੜੀ ਹੈ ਨਾ ਇਹ ਅੱਛੀ ਮਹੀਂ ਹੁੰਦੀ ਹੈ ਜ਼ਿਆਦਾਤਰ ਆਪਣਾ ਜਿਹੜਾ ਨਾ ਇਹਦੇ ਵਿੱਚ ਅਸਾਂ ਦੇਖਿਆ ਹੈ ਕਿ ਖੂਬੀਆਂ ਵਾਲੀ ਹੁੰਦੀ ਹੈ, ਦੁੱਧ ਜ਼ਿਆਦਾ ਦਿੰਦੀ ਹੈ
ਇਹ ਸੀਲ ਸਹੂ ਹੁੰਦੀ ਹੈ ਆਪਣਾ ਜਿਹੜਾ ਨਾ ਲੱਤਾਂ ਨਹੀਂ ਮਾਰਦੀ ਅਤੇ ਦੁੱਧ ਵੀ ਆਪਣਾ ਜਿਹੜਾ ਨਾ ਸਾਡੇ ਕੋਲ ਜਿਹੜੀਆਂ ਬੂਰੀਆਂ ਨੇ ਦੁੱਧ ਵੀ ਮਾਸ਼ਾਅੱਲਾ ਇਹਦੀ ਆਪਣਾ ਜਿਹੜਾ ਨਾ ਪੈਦਾਵਾਰ ਵੀ ਜ਼ਿਆਦਾ ਔਰ ਦੇਰ ਤੱਕ ਹੈ ਕੁਛ ਡੰਗਰ ਹੁੰਦੇ ਨੇ ਦੁੱਧ ਦਿੰਦੇ ਨੇ 2 ਤੋਂ 3 ਮਹੀਨੇ ਉਸ ਤੋਂ ਬਾਅਦ ਉਹ ਦੁੱਧ ਤੋਂ ਸੁੱਕ ਜਾਂਦੇ ਨੇ ਦੁੱਧ ਤੋਂ ਫਿਰ ਆਪਣਾ ਜਿਹੜਾ ਨਾ ਘੱਟ ਜਾਂਦੇ ਨੇ ਲੇਕਿਨ ਕੁਛ ਡੰਗਰ ਨੇ ਉਹਨਾਂ ਵਿੱਚ ਆਪਣਾ ਇਹ ਖੂਬੀਆਂ ਤਾਂ ਖੈਰ ਇਹ ਸਾਰੀਆਂ ਅੱਲਾਹ ਤਾਲਾ ਦੀ ਤਰਫੋਂ ਨੇ ਲੇਕਿਨ ਜਿਹੜੀ ਅੱਛੀ ਨਸਲ ਦੇ ਡੰਗਰ ਨੇ ਉਹ 1 ਸਾਲ ਤੱਕ ਦੁੱਧ ਦਿੰਦੇ ਰਹੇ ਨੇ ਸਾਲ ਤੋਂ ਬਾਅਦ ਜਾ ਕੇ ਆਪਣਾ ਜਿਹੜਾ ਨਾ ਦੁੱਧ ਦੀ ਉਹਨਾਂ ਦੀ ਪੈਦਾਵਾਰ ਕਮ ਹੁੰਦੀ ਹੈ ਅਤੇ ਉਹਨਾਂ ਦੀ ਪੈਦਾਵਾਰ ਬਹੁਤ ਜ਼ਿਆਦਾ ਦੇਰ ਤੱਕ ਰਹਿੰਦੀ ਹੈ ਅੱਛਾ ਸਰ ਮਾਸ਼ਾਅੱਲਾ ਸਾਡੇ ਕੋਲ ਜਾਨਵਰ ਤੁਹਾਡਾ ਅੱਛਾ ਮੌਜੂਦ ਹੈ ਅੱਛੇ ਜਾਨਵਰ ਦੀ ਖੂਬੀਆਂ ਇਹਨੂੰ ਹੱਥ ਲਾ ਕੇ ਦੱਸੋ ਕਿਹੜੀ ਕਿਹੜੀ ਅੱਛੀ ਖੂਬੀ ਹੁੰਦੀ ਹੈ ਇਹਦੀ ਜਾਂ ਅੱਛੇ ਜਾਨਵਰ ਦੀ ਖੂਬੀ ਜਿਹੜੀ ਅੱਛੇ ਜਾਨਵਰ ਦੀ ਖੂਬੀ ਤੁਹਾਡੇ ਸਾਹਮਣੇ ਆ ਕੇ ਆਪਣਾ ਇਹਨਾਂ ਦੀ ਅੱਖਾਂ ਸਫੇਦ ਨੇ ਇਹਦੀਆਂ ਠੀਕ ਹੈ ਤਾਂ ਆਪਣਾ ਜਿਹੜੇ ਸਿੰਘ ਨੇ ਕੁੰਡੇ ਨੇ ਜ਼ਬਰਦਸਤ ਔਰ ਧੌਣ ਤੋਂ ਆਪਣਾ ਇਹ ਲੰਬੀ ਹੋਏਗੀ ਫਿਰ ਇਹਦੀ ਜਿਹੜੀ ਕੋਲੀ ਹੈ ਛੋਟੀ ਹੋਏਗੀ ਜਿਹੜੀ ਇਹਦੀ ਆਪਣਾ ਜਿਹੜਾ ਇਹਦਾ ਵੇਖੋ ਨਾ ਜਿਸ ਸਮੇਂ ਦਾ ਇੱਕ ਇਹਦਾ ਜਿਹੜਾ ਚਮੜੀ ਹੈ ਉਹ ਬਰੀਕ ਹੈ ਆਪਣਾ ਜਿਹੜਾ ਨਾ ਰੇਸ਼ਮ ਦੀ ਤਰ੍ਹਾਂ ਬਰੀਕ ਹੈ ਸਹੀ ਹੈ ਫਿਰ ਆਪਣਾ ਜਿਹੜਾ ਮਾਸ਼ਾਅੱਲਾ ਇਹ ਬਹੁਤ ਇੱਕ ਖੂਬਸੂਰਤ ਔਰ ਆਪਣਾ ਜਿਹੜਾ ਨਾ ਇਹਦਾ ਜਿਹੜਾ ਜਿਸ ਸਮੇਂ ਦਾ ਚਗਾਠਾ ਹੈ ਬਹੁਤ ਆਪਣਾ ਚੌੜਾ ਹੈ ਔਰ ਦੇਖਣ ਦੇ ਵਿੱਚ ਆਪਣਾ ਜਿਹੜਾ ਨਾ ਉੱਤੋਂ ਇੱਕ ਅਕਸਰ ਆਪਣਾ ਜਿਹੜਾ ਨਾ ਮਈਆਂ ਦੇਖਿਆ ਕਿ ਲੱਕ ਤੋਂ ਖੂਬੀਆਂ ਨੇ ਇਹ ਚੀਜ਼ਾਂ ਆਪਣਾ ਜਿਹੜਾ ਨਾ ਉੱਚੀਆਂ ਲੱਕ ਤੋਂ ਇਹ ਬਿਲਕੁਲ ਪੱਧਰੀ ਹੈ ਬਿਲਕੁਲ ਆਪਣਾ ਜਿਹੜਾ ਨਾ ਸਿੱਧੀ ਔਰ ਪੱਧਰੀ ਹੈ ਆਪਣਾ ਜਿਹੜਾ ਨਾ ਇਹ ਇੱਕ ਅੱਛੀ ਨੀਲੀ ਦੀ ਮਈ ਦੀ ਪਹਿਚਾਣ ਹੈ ਉਹ ਆਪਣਾ ਜਿਹੜਾ ਨਾ ਸਿੱਧੀ ਪੱਧਰੀ ਹੋਏਗੀ ਆਪਣਾ ਜਿਹੜਾ ਨਾ ਔਰ ਚੌੜਾ ਉਹਦਾ ਆਪਣਾ ਜਿਹੜਾ ਨਾ ਜਿਸਮ ਹੋਏਗਾ ਔਰ ਉਹਦੇ ਥਨ ਜਿਹੜਾ ਨਾ ਥਨ ਆਪਣਾ ਜਿਹੜਾ ਨਾ ਮੋਟੇ ਔਰ ਵਿਹਤੇ ਹੋਣਗੇ ਅੱਛਾ ਸਰ ਇੱਕ ਗੱਲ ਚੱਡਾ ਆਪਣਾ ਜ਼ਿਆਦਾ ਆਏਗਾ ਇੱਕ ਗੱਲ ਹੋਰ ਪੁੱਛਾਂ ਦਾ ਕੁਛ ਮੱਝਾਂ ਹੁੰਦੀਆਂ ਨੇ ਉਹਨਾਂ ਦੀ ਇੱਕ ਹੱਡੀ ਹੁੰਦੀ ਸਿੰਗਲ ਹੱਡੀ ਜਿਹੜੀ ਪਿਛਲੀ ਹੈ ਕੁਛ ਦੀਆਂ 3 ਹੱਡੀਆਂ ਹੁੰਦੀਆਂ ਨੇ ਤੁਹਾਡਾ ਕੀ ਖਿਆਲ ਹੈ ਇੱਕ ਹੱਡੀ ਵਾਲੀ ਮੈਂ ਬਿਹਤਰ ਹੈ ਜਾਂ ਜਿਹਨਾਂ ਦੀ 3 ਹੱਡੀਆਂ ਨੇ ਉਹ ਬਿਹਤਰ ਹੁੰਦੀਆਂ ਨੇ ਇੱਕ ਹੱਡੀ ਵਾਲੀ ਉਹ ਬਿਹਤਰ ਹੈ ਜੀ ਠੀਕ ਹੈ ਅੱਛਾ ਸਰ ਮਾਸ਼ਾਅੱਲਾ ਤੁਸੀਂ ਮੱਝਾਂ ਰੱਖੀਆਂ ਨੇ ਜਿਹੜੀਆਂ ਦੁੱਧ ਦਿੰਦੀਆਂ ਨੇ ਜੀ ਇਸ ਤੋਂ ਇਲਾਵਾ ਤੁਸੀਂ ਕੁਝ ਛੋਟੀਆਂ ਵੀ ਰੱਖੀਆਂ ਨੇ ਇਹ ਛੋਟੀ ਹੈ ਪਹਿਲਣ ਅੱਛਾ ਇਹ ਮਾਸ਼ਾਅੱਲਾ ਆਪਣਾ ਇੱਥੇ 16 ਕਿਲੋ ਦੁੱਧ ਦੇ ਪਹਿਲਣ ਛੋਟੀ ਥੱਲੇ ਮਾਸ਼ਾਅੱਲਾ ਤੇ ਤੁਸੀਂ ਥੋੜਾ ਦੇਰ ਪਹਿਲੇ ਆਂਦੇ ਤੇ ਫਿਰ ਇਹਨੂੰ ਆਣ ਕੇ ਖੁਦ ਆਪਣਾ ਜਿਹੜਾ ਤੁਹਾਨੂੰ ਚੁਆਉਂਦੇ ਕਿਉਂਕਿ ਤੁਹਾਡੇ ਆਉਣ ਤੋਂ ਪਹਿਲੇ ਆਪਣਾ ਜਿਹੜਾ ਨਾ ਇਹਦੀ ਚੁਆਈ ਆਪਣਾ ਜਿਹੜਾ ਨਾ ਹੋ ਚੁੱਕੀ ਹੈ ਇਹ ਪਹਿਲਣ ਛੋਟੀ ਹੈ ਹਲੇ ਆਪਣਾ ਮੂੰਹ ਤੋਂ ਆਪਣਾ ਇਹ ਇਹ ਚੌਗੀ ਹੈ ਠੀਕ ਹੈ ਤੇ ਮਾਸ਼ਾਅੱਲਾ ਇਹ ਥੱਲੇ ਆਪਣਾ ਜਿਹੜਾ ਨਾ ਕੋਈ 15 ਤੋਂ 16 ਕਿਲੋ ਦੁੱਧ ਦੇ ਥੱਲੇ ਸਰ ਤੁਸੀਂ ਜਿਹੜੇ ਜਾਨਵਰ ਰੱਖੇ ਨੇ ਤੁਹਾਡਾ ਮੇਨ ਮਕਸਦ ਇਹਨਾਂ ਦਾ ਦੁੱਧ ਸੇਲ ਕਰਨਾ ਹੈ ਜਾਂ ਕਿ ਤੁਸੀਂ ਕੰਜ ਝੋਟੀਆਂ ਦਾ ਵੀ ਕਾਰੋਬਾਰ ਕਰਦੇ ਹੋ ਅਸਲ ਜਿਹੜਾ ਆਪਣਾ ਕੰਜ ਝੋਟੀਆਂ ਨੇ ਇਹ ਵੀ ਕੰਮ ਬਹੁਤ ਅੱਛਾ ਹੈ ਜੇ ਝੋਟੀਆਂ ਨਸਲੀ ਹੋਣ ਅੱਛੀਆਂ ਝੋਟੀਆਂ ਹੋਣ ਆਪਣਾ ਅਤੇ ਫਿਰ ਇਹ ਜ਼ਿਆਦਾਤਰ ਆਪਣਾ ਉਹ ਲੋਕ ਕਰਦੇ ਨੇ ਜਿਹੜੇ ਜ਼ਿਮੀਂਦਾਰ ਨੇ ਜਿਨ੍ਹਾਂ ਦਾ ਜ਼ਿਮੀਂਦਾਰ ਆਪਣਾ ਜਿਹਦੇ ਕੋਲ ਚਾਰਾ ਆਪਣਾ ਵੇ ਜਿਨ੍ਹਾਂ ਕੋਲ ਤੂੜੀ ਆਪਣੀ ਹੈ ਕਮਾਦ ਆਪਣਾ ਉਹ ਕੰਜ ਝੋਟੀਆਂ ਰੱਖ ਕੇ ਤਿਆਰ ਕਰ ਸਕਦੇ ਨੇ ਇਹ ਜ਼ਿਆਦਾ ਨਫਾ ਬਖਸ਼ੇ ਔਰ ਇਹਦੇ ਵਿੱਚ ਜ਼ਿਆਦਾ ਆਪਣਾ ਪੈਸੇ ਮਿਲਦੇ ਨੇ ਲੇਕਿਨ ਚਾਰਾ ਆਪਣਾ ਹੋਵੇ ਤਾਂ ਜੇ ਚਾਰਾ ਅਸਾਂ ਮੁੱਲ ਦਾ ਲੈਣਾ ਹੈ ਆਪਣਾ ਜਿਸ ਬੰਦੇ ਨੇ ਮੁੱਲ ਦਾ ਚਾਰਾ ਲੈਣਾ ਉਹਦੇ ਵਾਸਤੇ ਇਹ ਮੁਸ਼ਕਲ ਹੈ ਅੱਛਾ ਸਰ ਮਾਸ਼ਾਅੱਲਾ ਤੁਹਾਡੇ 7 ਜਾਨਵਰ ਦੁੱਧ ਦੇ ਰਹੇ ਨੇ ਰੋਜ਼ਾਨਾ ਤੁਹਾਡਾ ਕਿੰਨਾ ਦੁੱਧ ਜਾ ਰਿਹਾ ਹੈ ਸਾਡਾ ਰੋਜ਼ਾਨਾ ਆਪਣਾ ਜਿਹੜਾ ਨਾ ਮੇਰੇ ਕੋਲ ਜਿਹੜੇ ਮਵੇਸ਼ੀ ਜਿਹੜੇ ਦੁੱਧ ਦੇ ਰਹੇ ਨੇ ਇਹ ਨੇ ਆਪਣਾ 6 ਮਵੇਸ਼ੀ ਦੁੱਧ ਦੇ ਰਹੇ ਨੇ ਕਿੰਨਾ ਦੁੱਧ ਰੋਜ਼ਾਨਾ ਦਾ ਹੋ ਰਿਹਾ ਜਨਾ ਇਹ ਰੋਜ਼ਾਨਾ ਦਾ ਇਹਨਾਂ ਦਾ ਦੁੱਧ ਹੋ ਰਿਹਾ ਆਪਣਾ 80 ਕਿਲੋ ਹਾਂਜੀ ਤੇ 80 ਕਿਲੋ ਚੋਂ ਆਪਣਾ ਜਿਹੜਾ ਨਾ ਦੁੱਧ ਘਰ ਉਹ 10 ਕਿਲੋ ਘਰ ਆਪਣੇ ਪੀਣ ਵਾਸਤੇ ਰੱਖਦੇ ਆ ਜੀ ਤੇ ਤਕਰੀਬਨ ਆਪਣਾ 70 ਕਿਲੋ ਦੁੱਧ ਜਿਹੜਾ ਉਹਦੀ ਸੇਲ ਕਰਨੇ ਆ ਅੱਛਾ ਸਰ ਰੋਜ਼ਾਨਾ ਨਹੀਂ ਛੱਡ ਕੇ ਮੰਥਲੀ ਅਗਰ ਇਹਨਾਂ ਦੀ ਬਚਤ ਪੁੱਛ ਲਈ ਜਾਏ ਕਿੰਨੀ ਹੋ ਜਾਂਦੀ ਜੀ ਤੁਹਾਨੂੰ ਮੰਥਲੀ ਇਹਨਾਂ ਦੀ ਬਚਤ ਜਿਹੜੀ ਹੈ ਨਾ ਉਹ 2 ਲੱਖ ਹੈ 2 ਲੱਖ ਹਾਂਜੀ ਜ਼ਬਰਦਸਤ ਤੇ ਇਹਦੇ ਵਿੱਚ ਆਪਣਾ ਜਿਹੜਾ ਨਾ ਅਸੀਂ ਖਰਚਾ ਜਿਹੜਾ ਨਾ ਇਹਨਾਂ ਦਾ 50,000 ਰੁਪਈਆ ਇਹਨਾਂ ਦਾ ਖਰਚਾ ਹੈ ਤੇ 1.5 ਲੱਖ ਰੁਪਇਆ ਇਹਨਾਂ ਦੀ ਬਚਤ ਹੈ ਮਾਸ਼ਾਅੱਲਾ ਅੱਛੇ ਜਾਨਵਰਾਂ ਦੀ ਹੈ ਜੇ ਜਾਨਵਰ ਥੋੜੇ ਕੋ ਹੌਲੇ ਹੋਣਗੇ ਤੇ ਉਹਨਾਂ ਦੀ ਆਪਣਾ ਫਿਰ ਬਚਤ ਥੱਲੇ ਥੋੜੀ ਹੋ ਜਾਏਗੀ ਅੱਛਾ ਸਰ ਇਹ 6 ਜਾਨਵਰ ਤੇ ਦੁੱਧ ਦੇ ਰਹੇ ਨੇ ਇਸ ਤੋਂ ਇਲਾਵਾ ਤੁਹਾਡੇ ਫਾਰਮ ਤੇ ਜ਼ਿਆਦਾ ਜਾਨਵਰ ਨੇ ਟੋਟਲ ਕਿੰਨੇ ਜਾਨਵਰ ਨੇ ਇਹ ਟੋਟਲ ਮੇਰੇ ਕੋਲ 12 ਝੋਟੀਆਂ ਨੇ ਅੱਛਾ ਤੇ ਇੱਕ ਆਪਣਾ ਕੱਟਾ ਹੈ ਤੇ ਸਾਹਮਣੇ ਝੋਟੀਆਂ ਬੈਠੀਆਂ ਨੇ ਆ ਜਿਹੜੀਆਂ ਮੇਰੇ ਕੋਲ ਕੰਨ ਝੋਟੀਆਂ ਨੇ ਅੱਛਾ ਇਹ ਆਪਣਾ ਜਿਹੜਾ ਨਾ ਮੈਂ ਲਈਆਂ ਸਨ ਤੇ ਇਹ ਵੀ ਸਾਰੀਆਂ ਖੂਬਸੂਰਤ ਨੇ ਔਰ ਨੀਲੀ ਨਸਲ ਦੀਆਂ ਨੇ ਜੀ ਮਾਸ਼ਾਅੱਲਾ ਔਰ ਇਹ ਹੁਣ ਸੂਣ ਵਾਲੀਆਂ ਨੇ ਜਿਨ੍ਹਾਂ 'ਚੋਂ 4 ਝੋਟੀਆਂ ਸੂਣ ਵਾਲੀਆਂ ਨੇ ਅਤੇ 2 ਜਿਹੜੀਆਂ ਨੇ ਉਹ ਆਪਣਾ ਜਿਹੜਾ ਨਾ ਹਲੇ ਨਹੀਂ ਬਣੀਆਂ ਅੱਛਾ ਜਿਹੜੀਆਂ ਸਰ ਸੂਣ ਵਾਲੀਆਂ ਨੇ ਉਹਨਾਂ ਨੂੰ ਕਿੰਨਵਾਂ ਮਹੀਨਾ ਇਹਨਾਂ ਨੂੰ ਆਪਣਾ ਵਿੱਚੋਂ 5ਵੇਂ ਮਹੀਨੇ 'ਚ ਜਾ ਰਹੀਆਂ ਨੇ ਤੇ ਵਿੱਚੋਂ ਆਪਣਾ ਜਿਹੜਾ ਨਾ 4 ਮਹੀਨੇ ਜਾ ਰਹੀਆਂ ਅੱਛਾ ਅਗਰ ਕੋਈ ਇਹ ਦੋਸਤ ਜਿਹੜੇ ਭਾਈ ਵੀਡੀਓ ਵੇਖਦੇ ਨੇ ਪੇ ਉਹ ਤੁਹਾਡੇ ਕੋਲ ਇਹ ਜਿਹੜੀ ਗੱਬਨ ਝੋਟੀ ਹੈ ਗੱਬਨ ਮੈਮ ਹੈ ਉਹ ਖਰੀਦਣਾ ਚਾਹੁੰਦੇ ਨੇ ਤੇ ਤੁਹਾਡੇ ਨਾਲ ਰਾਬਤਾ ਕਰ ਸਕਦੇ ਨੇ ਲੇਕਿਨ ਇਸ ਟਾਈਮ ਤੇ ਅਸੀਂ ਨਹੀਂ ਦੇਵਾਂਗੇ ਜਦੋਂ ਤਿਆਰ ਹੋਣਗੀਆਂ ਫਿਰ ਦੇਵਾਂਗੇ ਅੱਛਾ ਕਿਉਂਕਿ ਅਗਰ ਇਸ ਦੌਰਾਨ ਦੇਵਾਂਗੇ ਨਾ ਤੇ ਉਹਨਾਂ ਨੂੰ ਕੋਈ ਫਾਇਦਾ ਹੋਏਗਾ ਖੜੇ ਤੇ ਨਾ ਸਾਨੂੰ ਆਪਣਾ ਜਿਹੜਾ ਨਾ ਐਡਾ ਫਾਇਦਾ ਹੋਏਗਾ ਇਹਦਾ ਫਾਇਦਾ ਸਾਨੂੰ ਵੀ ਉਦੋਂ ਹੋਏਗਾ ਜਦੋਂ ਇਹ ਤਿਆਰ ਹੋਣਗੀਆਂ ਵੇਚਣ ਦਾ ਫਿਰ ਇਹਨਾਂ ਦੀ ਕੀਮਤ ਆਪਣਾ ਜਿਹੜਾ ਨਾ ਜ਼ਿਆਦਾ ਮਿਲੇਗੀ ਪੂਰੀ ਮਿਲੇਗੀ ਤੇ ਜਿਹੜਾ ਖੜੇਗਾ ਉਹ ਵੀ ਦੁੱਧ ਚੋਵੇਗਾ ਉਹਨੂੰ ਵੀ ਫਾਇਦਾ
ਸੇਲ ਜ਼ਰੂਰ ਕਰਨੇ ਆ ਲੇਕਿਨ ਤਿਆਰ ਕਰਕੇ ਸੇਲ ਕਰਨੇ ਆ। ਸਰ ਤੁਸੀਂ ਨੰਬਰ ਬੋਲ ਦਿਓ ਨਾ, ਇਹ ਜਿਹੜੇ ਭਾਈ ਨੇ ਫਿਰ ਤੁਹਾਡੇ ਨਾਲ ਰਾਬਤਾ ਕਰ ਲੈਂਦੇ ਅੱਗੋਂ, ਤੁਸੀਂ ਆਪਣੇ ਜ਼ਿਹਨ ਦੇ ਮੁਤਾਬਕ ਉਹਨਾਂ ਨੂੰ ਟਾਈਮ ਦੇ ਸਕਦੇ। ਮੇਰਾ ਨੰਬਰ 0300-612-9285 ਨੰਬਰ ਹੈ ਮੇਰਾ, 0300-612-9285। ਅੱਛਾ ਸਰ, ਮਾਸ਼ਾਅੱਲਾ ਅਜਾ ਸ਼ੈੱਡ ਤੁਸੀਂ ਤਿਆਰ ਕੀਤਾ ਵੇ, ਇਹਦੇ 'ਤੇ ਕਿੰਨਾ ਖਰਚਾ ਆ ਗਿਆ ਅਤੇ ਕਿੰਨੀ ਜਗ੍ਹਾ ਵਿਆ ਵਾਲੀ? ਇਹ ਤਕਰੀਬਨ ਆਪਣਾ ਜਿਹੜਾ ਨਾ ਇਹ ਜਗ੍ਹਾ ਟੋਟਲ ਜਿਹੜੀ ਜਗ੍ਹਾ ਵੇ ਜੀ ਡੇਢ ਕਨਾਲ ਹੈ। ਡੇਢ ਕਨਾਲ ਜੀ, ਡੇਢ ਕਨਾਲ ਜਗ੍ਹਾ ਹੈ ਜਿਹਦੇ 'ਚ ਅਸੀਂ ਆਪਣਾ ਜਿਹੜਾ ਨਾ ਸ਼ੈੱਡ ਬਣਾਇਆ। ਪਾਈਪਾਂ ਵਗੈਰਾ 'ਤੇ ਕਿੰਨਾ ਖਰਚਾ ਆ ਗਿਆ ਅਤੇ ਵੈਸੇ ਛੱਤਾਂ 'ਚ ਕਿੰਨਾ ਖਰਚਾ ਆ ਗਿਆ ਹਜੇ? ਪਾਈਪਾਂ 'ਤੇ 100,000 ਰੁਪਏ ਸੀ, ਅਤੇ ਜਿਹੜਾ ਪਿਛਲੇ ਨੇ ਬਰਾਮਦੇ ਬਣਾਏ ਨੇ ਆਪਣਾ, ਕੁਰਲੀਆਂ ਬਣਾਈਆਂ ਨੇ, ਜਿਹੜਾ ਆਪਣਾ ਜਿਹੜਾ ਨਾ ਤੂੜੀ ਸਟੋਰ ਕਰਨ ਵਾਸਤੇ ਆਪਣਾ ਜਿਹੜਾ ਨਾ ਗਰਾਸ ਬਣਾਇਆ ਜੀ, ਇਹਦੇ 'ਤੇ ਤਕਰੀਬਨ 1,00,000 ਰੁਪਇਆ ਖਰਚਾ ਹੈ। ਸਰ ਤੁਸੀਂ ਕੀ ਸਾਡੇ ਵਿਵਰ ਨੂੰ ਕਹੋਗੇ, ਸਾਇਲੇਜ ਬਿਹਤਰ ਹੈ ਕਿ ਸਬਜ਼ ਚਾਰਾ ਬਿਹਤਰ ਹੈ? ਜੇ ਆਪਣੀ ਜ਼ਮੀਨ ਹੋਏ ਤਾਂ ਫਿਰ ਸਬਜ਼ ਚਾਰਾ ਜਿਹੜਾ ਬਿਹਤਰ ਹੈ, ਅਤੇ ਜੇ ਆਪਣੀ ਜ਼ਮੀਨ ਨਹੀਂ ਤਾਂ ਫਿਰ ਸਾਇਲੇਜ ਬਿਹਤਰ ਹੈ। ਸਾਇਲੇਜ ਆਪਣਾ ਜਿਹੜਾ ਨਾ ਤਕਰੀਬਨ 400 ਤੋਂ 1 ਮਿਲਦਾ ਪਿਆ, ਸਾਡੇ ਸਿਆਲਕੋਟ 'ਚ 400 ਤੋਂ 1 ਮਿਲਦਾ 10 ਰੁਪਈਏ ਕਿਲੋ, ਅਤੇ ਫਿਰ ਆਪਣਾ ਜਿਹੜਾ ਨਾ ਸੈਲਜ ਪਾਉਣਾ ਚਾਹੀਦਾ ਜਿਹਦੀ ਆਪਣੀ ਜ਼ਮੀਨ ਨਹੀਂ, ਜਿਹਦੀ ਆਪਣੀ ਜ਼ਮੀਨ ਹੈ ਉਹਨੂੰ ਗ੍ਰੀਨ ਚਾਰਾ ਪਾਉਣਾ ਚਾਹੀਦਾ ਸਭ ਸਾਰਾ। ਅੱਛਾ ਸਰ, ਜਿਹੜੇ ਜਾਨਵਰ ਦੁੱਧ ਦਿੰਦੇ ਨੇ ਉਹਨਾਂ ਦੀ ਜਿਹੜੀ ਅੱਛੀ ਅਤੇ ਮਤਵਾਜ਼ਨ ਖੁਰਾਕ ਹੈ ਉਹ ਕਿਹੜੀ ਹੈ? ਅਲੀ ਬੇਟੇ ਇੱਧਰ ਆਏ ਨਾ, ਜ਼ਰਾ ਉਠਾ ਇਹਨਾਂ ਨੂੰ ਉਠਾਓ। ਜਿਹੜੇ ਜਾਨਵਰ ਦੁੱਧ ਦਿੰਦੇ ਨੇ ਅੱਜ ਕੱਲ੍ਹ, ਤਾਂ ਆਪਣਾ ਉਹਨਾਂ ਵਾਸਤੇ ਸ਼ਟਾਲਾ ਬਿਹਤਰ ਹੈ। ਸ਼ਟਾਲਾ ਬਹੁਤ ਅੱਛਾ ਆਪਣਾ ਜਿਹੜਾ ਨਾ ਚਾਰਾ ਹੈ, ਇਹਦੇ ਵਿੱਚ ਜ਼ਿਆਦਾ ਆਪਣਾ ਜਿਹੜਾ ਨਾ ਦੁੱਧ ਵੀ ਜ਼ਿਆਦਾ ਆਵੇ, ਸ਼ਟਾਲਾ ਪਾਉਣਾ ਚਾਹੀਦਾ। ਅੱਗੇ ਆ ਜਾਂਦੀ ਹੈ ਫਿਰ ਮੱਕੀ, ਮੱਕੀ ਆਪਣਾ ਜਿਹੜਾ ਨਾ ਪਾਉਣੀ ਚਾਹੀਦੀ ਹੈ। ਮੱਕੀ ਨਾਲ ਜਾਨਵਰ ਜ਼ਿਆਦਾ ਦੁੱਧ ਦਿੰਦੇ ਨੇ। ਜਿਹੜਾ ਸੈਲਜ ਬਣਦਾ, ਸੈਲਜ ਵੀ ਮੱਕੀ ਦਾ ਬਣਦਾ, ਮੱਕੀ ਆਪਣਾ ਜਿਹੜਾ ਨਾ ਜਾਨਵਰਾਂ ਨੂੰ ਪਾਉਣੀ ਚਾਹੀਦੀ ਹੈ। ਚਰੀ ਵੀ ਠੀਕ ਹੈ, ਹੁਣ ਤਾਂ ਚਰੀ ਵੀ ਅੱਗੋਂ ਐਸੀਆਂ ਆਪਣਾ ਜਿਹੜਾ ਨਾ ਤਰੱਕੀ ਕਰ ਗਈ ਹੈ, ਜ਼ਰਾਇਤ ਵੀ ਤਰੱਕੀ ਕਰ ਗਈ ਹੈ, ਚਰੀ ਵੀ ਬੜੀ ਬੜੀ ਅੱਗੋਂ ਅੱਛੀ ਆਪਣਾ ਆ ਰਹੀ ਹੈ। ਉਹਦੇ ਵਿੱਚ ਅਸੀਂ ਉਹਨੂੰ ਆਪਣਾ ਜਿਹੜਾ ਨਾ ਕਹਿੰਦੇ ਹਾਂ, ਉਹ ਤਕਰੀਬਨ 4 ਲਾਓ ਹੋ ਜਾਂਦੀ ਹੈ, ਅਤੇ ਉਹ ਹਰੀ ਹੁੰਦੀ ਹੈ ਆਪਣਾ, ਮੁੱਢਾਂ ਤੋਂ ਲਾ ਕੇ ਸਿਰ ਤੱਕ ਆਪਣਾ ਹਰੀ ਹੁੰਦੀ ਹੈ, ਅਤੇ ਉਹ ਵੀ ਆਪਣਾ ਪਾਉਣੀ ਚਾਹੀਦੀ ਹੈ। ਅੱਛਾ ਸਰ, ਤੁਸੀਂ ਆਪਣੇ ਜਾਨਵਰਾਂ ਦੀ ਅੱਜ ਕੱਲ੍ਹ ਕੀ ਰੂਟੀਨ ਰੱਖੀ ਹੈ, ਸੁਬਾਹ ਤੋਂ ਲੈ ਕੇ ਸ਼ਾਮ ਤੱਕ ਦੀ? ਸਾਡੀ ਅੱਜ ਕੱਲ੍ਹ ਰੂਟੀਨ ਜਿਹੜੀ ਹੈ ਨਾ, ਇਹ ਵੀ ਆਪਣਾ ਸ਼ਟਾਲਾ, ਆਪਣਾ ਸਬਜ਼ਾਂ ਦੇ ਵਿੱਚ ਆਪਣਾ ਸ਼ਟਾਲਾ, ਅਤੇ ਫਿਰ ਨਾਲ ਇਹਨਾਂ ਨੂੰ ਅਸੀਂ ਆਪਣਾ ਪਾ ਰਹੇ ਹਾਂ ਤੂੜੀ ਪਾ ਰਹੇ ਹਾਂ, ਅਤੇ ਤੂੜੀ ਆਪਣਾ ਜਿਹੜਾ ਜਿਹੜੇ ਸਾਡੇ ਜਾਨਵਰ ਤਾਜ਼ੇ ਨੇ ਅਸੀਂ ਉਹਨੂੰ ਨਾਲ ਵੰਡਾ ਪਾ ਰਹੇ ਹਾਂ। ਜਿਹੜੀਆਂ ਝੋਟੀਆਂ ਨੇ ਆਪਣਾ ਜਿਹੜਾ ਨਾ ਕੰਜ ਨੇ ਜੀ ਜੀ, ਇਹ ਸਿਰਫ ਇਹਨਾਂ ਨੂੰ ਪੱਠੇ ਪਾ ਰਹੇ ਹਾਂ। ਠੀਕ ਹੈ, ਯਾਨੀ ਇਹਨਾਂ ਨੂੰ ਤੂੜੀ ਸਿਰਫ ਜੀ। ਅੱਛਾ ਸਰ, ਜਿਹੜੇ ਜਾਨਵਰ ਦੁੱਧ ਦੇ ਰਹੇ ਨੇ ਉਹਨਾਂ ਨੂੰ ਕਿਹੜਾ ਵੰਡਾ ਇਸਤੇਮਾਲ ਕਰਾ ਰਹੇ ਹੋ? ਜਿਹੜੇ ਦੁੱਧ ਦੇ ਰਹੇ ਨੇ ਉਹਨਾਂ ਵਾਸਤੇ ਵੰਡਾ ਜਿਹੜਾ ਸਭ ਨਾਲੋਂ ਬੈਸਟ ਵੰਡਾ, ਉਹ ਤਾਂ ਵੀ ਗੰਦਮ ਹੈ, ਚਨੇ ਨੇ, ਇਹ ਦੋ ਤੇ ਮੱਕੀ ਹੈ, ਗੰਦਮ, ਚਨੇ, ਮੱਕੀ, ਇਹ ਚੀਜ਼ਾਂ ਨੂੰ ਆਪਣਾ ਜਿਹੜਾ ਨਾ ਸਾਰੀਆਂ ਨੂੰ ਮਿਕਸ ਕਰਕੇ ਚੌਥੀ ਚੀਜ਼ ਦੇ ਵਿੱਚ ਆਪਣਾ ਪਾ ਲਈ ਜਾਂਦੀ ਹੈ। ਆਪਣਾ ਜਿਹੜਾ ਨਾ ਪਾਊਡਰ, ਪਾਊਡਰ ਵੀ ਲੋਕ ਇਸਤੇਮਾਲ ਕਰਦੇ ਨੇ। ਇਹ ਪਾਊਡਰ ਕਿਸ ਚੀਜ਼ ਦਾ? ਪਾਊਡਰ ਹੁੰਦਾ ਚਾਵਲਾਂ ਦਾ ਜੀ ਜੀ। ਇਹ 4 ਚੀਜ਼ਾਂ ਇਸਤੇਮਾਲ ਕਰਦੇ ਨੇ। ਇਹਨਾਂ ਨੂੰ ਚੋਹ ਨੂੰ ਆਪਣਾ ਜਿਹੜਾ ਨਾ ਪਿਆ ਕੇ ਪੀਸ ਕੇ ਆਪਣਾ ਜਿਹੜਾ ਨਾ ਇਹਦਾ ਇੱਕ ਵੰਡਾ ਬਣਦਾ, ਉਹ ਪਾਇਆ ਜਾਵੇ ਤਾਂ ਬਹੁਤ ਬੈਸਟ ਹੈ। ਅੱਛਾ, ਯਾਨੀ ਕਿ ਉਹ ਵੰਡਾ ਖੁਦ ਤਿਆਰ ਕਰਨਾ ਚਾਹੀਦਾ ਉਹ ਬਿਹਤਰ ਹੈ ਜੀ? ਦੇਖੋ, ਤੁਸੀਂ ਵੰਡਾ ਖੁਦ ਤਿਆਰ ਕਰਦੇ ਹੋ ਅਤੇ ਉਹਦੇ ਵਿੱਚ ਤੁਹਾਨੂੰ ਇਹ ਜੈਨੂਇਨ ਪਤਾ ਕਿ ਮੈਂ ਜਿਹੜਾ ਵੰਡਾ ਪਾ ਰਿਹਾ ਵਾਂ ਇਹ ਓਰਿਜਨਲ, ਇਹਦੇ ਵਿੱਚ ਕੋਈ ਇਹਦੇ ਵਿੱਚ ਹੋਰ ਚੀਜ਼ ਨਹੀਂ ਪਾਈ। ਅਕਸਰ ਵੰਡੇ ਦੇ ਵਿੱਚ ਵੇਖਿਆ ਮੇਰੇ ਬਾਈ ਆਪਣਾ ਜਿਹੜਾ ਨਾ ਅਕਸਰ ਖਲ ਜਿਹੜੀ ਵੇਖੀ ਹੈ, ਖਲ ਪਹਿਲੇ ਖਲ ਬਹੁਤ ਅੱਛੀ ਹੁੰਦੀ ਸੀ ਬਰਨੌਲੇ ਦੀ ਖਲ, ਹੁਣ ਬਰਨੌਲੇ ਦੀ ਖਲ ਜਿਹੜੀ ਹੈ 2 ਨੰਬਰ ਆ ਰਹੀ ਹੈ। ਜਿਹੜੀ ਖਲ ਪਾਓ ਉਹਦੇ ਨਾਲ ਜਾਨਵਰ ਆਪਣਾ ਜਿਹੜਾ ਨਾ ਸਹੀ ਖਾਂਦਾ ਨਹੀਂ ਉਹਨੂੰ ਜ਼ਿਆਦਾ, ਅਤੇ ਫਿਰ ਉਹਦੇ ਨਾਲ ਦੁੱਧ ਦੀ ਪੈਦਾਵਾਰ ਨਹੀਂ ਬਣਦੀ, ਡੰਗਰ ਆਪਣਾ ਜਿਹੜਾ ਨਾ ਉਹਨੂੰ ਖਾਂਦਾ ਵੀ ਘੱਟ ਹੈ। ਇਸ ਵਾਸਤੇ ਫਿਰ ਖਲ ਅਸੀਂ ਨਹੀਂ ਪਾਉਂਦੇ ਪਏ, ਖਲ ਘੱਟ ਪਾ ਰਹੇ ਹਾਂ, ਅਤੇ ਹੁਣ ਇਹਦੇ ਵਿੱਚ ਅਸੀਂ ਇਹੀ ਪਾ ਰਹੇ ਹਾਂ ਗੰਦਮ ਆਪਣਾ ਜਿਹੜਾ ਨਾ ਮੱਕੀ ਅਤੇ ਚਨਾ, ਇਹ 4 ਚੀਜ਼ਾਂ ਜਿਹੜੀਆਂ ਨਾ, 3 ਚੀਜ਼ਾਂ, ਚੌਥਾ ਪਾਊਡਰ ਆਪਣਾ ਮਿਲਾ ਕੇ 4 ਚੀਜ਼ਾਂ ਹੀ ਪਾ ਰਹੇ ਜੀ। ਜ਼ਬਰਦਸਤ, ਮਾਸ਼ਾਅੱਲਾ ਸਰ, ਤੁਸੀਂ ਬੜੀਆਂ ਕੀਮਤੀ ਗੱਲਾਂ ਦੱਸੀਆਂ ਨੇ। ਜਿਹੜੇ ਦੋਸਤ ਆ ਵੀਡੀਓ ਵੇਖਦੇ ਨੇ ਪਏ, ਉਹਨਾਂ ਦਾ ਜ਼ੇਨ ਹੈ ਡੇਅਰੀ ਫਾਰਮ ਸ਼ੁਰੂ ਕਰਨਾ, ਉਹਨਾਂ ਵਾਸਤੇ ਕੋਈ ਅੱਛਾ ਜਿਹਾ ਮੁਹਲਸ ਮਸ਼ਵਰਾ? ਦੇਖੋ, ਮੇਰੇ ਕੋਲ ਦੁੱਧ ਦੇਣ ਵਾਲੇ ਵੀ ਜਾਨਵਰ ਨੇ, ਮੇਰੇ ਕੋਲ ਇਹ ਝੋਟੀਆਂ 5 ਵੀ ਨੇ, ਇਹ ਝੋਟੀਆਂ ਹੁਣ ਤਿਆਰ ਨੇ ਆਪਣਾ, ਦੇਖੋ ਨਾ ਇਹਨਾਂ 'ਤੇ ਮਾਰੋ ਆਪਣਾ ਜਿਹੜਾ ਨਾ ਕੈਮਰਾ, ਝੋਟੀਆਂ ਆਪਣਾ ਤਿਆਰ ਹੋ ਰਹੀਆਂ ਨੇ, ਇਹ ਤਕਰੀਬਨ 5 ਮਹੀਨੇ ਦੀ ਆਪਣਾ ਗੱਬਾ ਨੇ ਜੀ, ਮਾਸ਼ਾਅੱਲਾ 4 ਮਹੀਨੇ ਦੀ ਗੱਬਾ ਨੇ। ਅੱਗੇ ਇਹ ਝੋਟੀ ਜਿਹੜੀ ਨੇ ਇਹਨੂੰ 5ਵਾਂ ਮਹੀਨਾ, ਇਹ ਮੈਂ ਸਮਝਦਾ ਮੇਰੇ ਜਿਹੜੇ ਦੋਸਤ ਮੇਰੇ ਭਾਈ ਆਪਣਾ ਜਿਹੜਾ ਨਾ ਇਹ ਕੰਮ ਕਰਨਾ ਚਾਹੁੰਦੇ ਨੇ, ਉਹ ਸਭ ਨਾਲ ਪਹਿਲੇ ਤਾਂ ਕੋਸ਼ਿਸ਼ ਕਰਨ ਕਿ ਜਿਹੜਾ ਜ਼ਿਮੀਂਦਾਰ ਆਪਣਾ ਹੋਏ ਅਤੇ ਉਹ ਕਰਨ ਸ਼ੁਰੂ, ਜੇ ਨਹੀਂ ਵੀ ਆਪਣਾ ਦੂਸਰੇ ਵੀ ਕਰਨਾ ਚਾਹੁੰਦੇ ਨੇ, ਜ਼ਮੀਨ ਠੇਕੇ 'ਤੇ ਮਿਲ ਜਾਂਦੀ ਹੈ, ਅਤੇ ਉਹਨਾਂ ਨੂੰ ਬਣਾਉਣਾ ਚਾਹੀਦਾ, ਫਾਰਮ ਬਣਾਉਣਾ ਚਾਹੀਦਾ। ਫਾਰਮ ਇਸ ਤਰੀਕੇ ਦਾ ਬਣਾਉਣਾ ਚਾਹੀਦਾ ਕਿ ਡੰਗਰ ਆਜ਼ਾਦ ਹੋਣ, ਡੰਗਰ ਖੁੱਲ੍ਹੇ ਹੋਣ, ਕਿਉਂਕਿ ਉਹ ਆਜ਼ਾਦੀ ਨਾਲ ਆਪਣਾ ਫਿਰਨ ਟੁਰਨ, ਨਾਲੇ ਆਪਣਾ ਪਾਣੀ ਪੀਣ, ਅਤੇ ਨਾਲੇ ਆਪਣਾ ਧੁੱਪੇ ਛਾਵੇਂ ਆਪ ਹੀ ਹੋਣ। ਅਸੀਂ
ਜਿਹੜਾ ਇਹ ਬਣਾ ਲੈਂਦੇ ਹਾਂ ਫਾਰਮ ਦਾ ਸਿਸਟਮ ਬਣਾ ਲੈਂਦੇ ਹਾਂ, ਇਹਦੇ ਨਾਲ ਸਾਨੂੰ ਮੁਲਾਜ਼ਮ ਇੱਕ ਨਾਲ ਕੰਮ ਚੱਲ ਜਾਂਦਾ। ਜਿਹੜਾ ਕੰਮ ਦੋ ਮੁਲਾਜ਼ਮਾਂ ਨੇ ਕਰਨਾ ਉਹ ਇੱਕ ਮੁਲਾਜ਼ਮ ਕਰ ਸਕਦਾ, ਨਾ ਤਾਂ ਉਹਨੂੰ ਧੁੱਪੇ ਕਰਨਾ ਪਏਗਾ ਮਵੇਸ਼ੀਆਂ ਨੂੰ, ਨਾ ਉਹਨਾਂ ਨੂੰ ਛਾਵੇਂ ਕਰਨਾ ਪਏਗਾ, ਨਾ ਉਹਨਾਂ ਨੂੰ ਪਾਣੀ ਡਾਉਣਾ ਪਏਗਾ। ਪਾਣੀ ਦਾ ਜ਼ਿਆਦਾ ਮਸਲਾ ਹੁੰਦਾ ਗਰਮੀਆਂ 'ਚ, ਪਾਣੀ ਨਹੀਂ ਡਾਇਆ ਡੰਗਰ ਆਪਣਾ ਜਿਹੜਾ ਨਾ ਬਿਮਾਰ ਹੋ ਜਾਂਦਾ। ਅਤੇ ਜਦੋਂ ਪਾਣੀ ਆਜ਼ਾਦੀ ਨਾਲ ਡੰਗਰ ਆਪਣੀ ਮਰਜ਼ੀ ਨਾਲ ਪੀਂਦਾ, ਧੁੱਪੇ ਛਾਵੇਂ ਖੁਦ ਹੋ ਜਾਂਦਾ, ਅਤੇ ਇਹਦਾ ਮਤਲਬ ਇੱਕ ਡੰਗਰ ਹੀ ਆਪਣਾ ਜਿਹੜਾ ਨਾ ਇੱਕ ਬੰਦਾ ਹੀ ਸਾਰੇ 20 ਡੰਗਰ ਰੱਖ ਸਕਦਾ ਜੀ, ਇੱਕ ਮੁਲਾਜ਼ਮ 20 ਡੰਗਰ ਰੱਖ ਸਕਦਾ। ਇਹ ਕੰਮ ਕਰਨਾ ਚਾਹੀਦਾ, ਇਹ ਕੰਮ ਆਪਣਾ ਜਿਹੜਾ ਨਾ ਨਬੀਆਂ ਪੈਗੰਬਰਾਂ ਦੀ ਸੁਨਤ ਵੀ ਹੈ, ਬੜਾ ਅੱਛਾ ਕੰਮ ਹੈ, ਇਹ ਰੁਖਜ਼ਾਰ ਵੀ ਹੈ ਆਪਣਾ ਜਿਹੜਾ ਨਾ, ਔਰ ਨਾਲ ਖਾਲਸ ਗਰ ਦੁੱਧ ਪੀਣ ਵਾਸਤੇ ਮਿਲ ਜਾਂਦਾ, ਘਿਓ ਖਾਣ ਵਾਸਤੇ ਮਿਲ ਜਾਂਦਾ ਵੇ, ਅਤੇ ਇਸ ਵਾਸਤੇ ਸਾਨੂੰ ਇਹ ਕੰਮ ਜ਼ਰੂਰ ਕਰਨਾ ਚਾਹੀਦਾ, ਬੜਾ ਅੱਛਾ ਕੰਮ ਹੈ ਜੀ। ਸਰ ਬਹੁਤ ਸ਼ੁਕਰੀਆ, ਬਾਪ ਦਾਦੇ ਤੋਂ ਕਰ ਰਹੇ ਹਾਂ ਨਾ, ਅਤੇ ਜਿਹਨਾਂ ਲੋਕਾਂ ਨੇ ਨਹੀਂ ਵੀ ਕੀਤਾ ਉਹਨਾਂ ਨੂੰ ਵੀ ਇਹ ਕਰਨਾ ਚਾਹੀਦਾ, ਅੱਛਾ ਔਰ ਨਾਲੇ ਨਫ਼ਾ ਬਖਸ਼ ਵੀ ਹੈ, ਅਤੇ ਨਾਲ ਆਪਣਾ ਜਿਹੜਾ ਨਾ ਉਹ ਵੈਸੇ ਵੀ ਆਪਣਾ ਮਸਰੂਫ ਰਹਿੰਦਾ ਇਨਸਾਨ ਜੀ। ਸਰ ਬਹੁਤ ਸ਼ੁਕਰੀਆ, ਤੁਸੀਂ ਆਪਣਾ ਕੀਮਤੀ ਵਕਤ ਦਿੱਤਾ ਆਪਣੇ ਕਾਰੋਬਾਰ ਦੇ ਮੁਤਲਕ, ਬੜੀ ਅੱਛੀ ਅਤੇ ਉਮਦਾ ਗੁਫ਼ਤਗੂ ਕੀਤੀ ਹੈ। ਅੱਲਾ ਹਾਫਿਜ਼। ਅੱਲਾ ਹਾਫਿਜ਼ ਜੀ, ਖੁਦਾ ਹਾਫਿਜ਼।